ਅਗਲੀ ਵੱਡੀ ਖਬਰ ਤੇ ਨਜ਼ਰ ਪਾ ਲਈਏ ਤਾਂ ਵਿਧਾਨ ਸਭਾ ਸਪੀਕਰ ਨੂੰ ਅੱਜ ਅਕਾਲੀ ਦਲ ਦਾ ਵਫਦ ਮਿਲੇਗਾ। ਵਿਧਾਨ ਸਭਾ ਇਜਲਾਸ ਦੇ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਸੌਂਪੇਗਾ। ਦੋ ਦਿਨਾਂ ਦੇ ਵਿੱਚ ਜਿਹੜੇ ਮੁੱਦੇ ਹੈ ਉਹ ਨਹੀਂ ਚੁੱਕੇ ਜਾ ਸਕਦੇ, ਅਜਿਹਾ ਕਹਿਣਾ ਅਕਾਲੀ ਦਲ ਦਾ। 2 ਤੋਂ 6 ਅਗਸਤ ਤੱਕ ਵਿਧਾਨ ਸਭਾ ਇਜਲਾਸ ਚੱਲਣਾ ਹੈ, ਪਰ ਅਕਾਲੀ ਦਲ ਇਜਲਾਸ ਵਧਾਉਣ ਦੀ ਮੰਗ ਕਰ ਰਿਹਾ।